ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿੱਦਾਂ ਹਾਲ ਚਾਲ ਜੀ? ਕੀ ਕਰਦੇ ਹੋ? ਗੁੱਡ ਮੋਰਨਿੰਗ, ਅਦਾਬ, ਬੰਜੌਰ, ਨਤੂਤੀ ਰਗਾਸੀ। ਅੱਜ ਦਿਨ ਹੋ ਗਿਆ ਜੀ ਬੁੱਧਵਾਰ, ਅਤੇ ਤਰੀਕ ਹੈਗੀ ਜੀ 19 ਤਰੀਕ ਹੋਈ ਸ਼ਾਇਦ ਅੱਜ, ਮੇਰੇ ਖਿਆਲ ਮੇਰੇ ਵੀ ਪੱਕਾ ਯਾਦ ਨਹੀਂ ਆ। ਅੱਜ ਦੇ ਬਲੌਗ ਦਾ ਵੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਵੇਰ ਦਾ ਟਾਈਮ ਹੋਇਆ ਭਾਅ ਜੀ, ਅਤੇ ਦੁਕਾਨ ਖੋਲ੍ਹੀ ਆ ਕੇ ਹੁਣ ਪਾਨ ਬ੍ਰੈਡ ਆ ਗਏ, ਉੱਧਰ ਚੀਕ ਵਾਲੀ ਮਸ਼ੀਨ ਨਾਲ ਦੁੱਧ ਦੁੱਧ ਵੀ ਆਇਆ ਪਿਆ ਫਰਿੱਜ ਦੇ ਵਿੱਚ। ਪਾਸਤਾ 'ਚ ਲੈ ਕੇ ਆਉਣਾ ਅੱਜ, ਪਾਸਤਾ ਖਤਮ ਹੋ ਗਿਆ, ਪਾਸਤਾ ਲੈ ਕੇ ਆਉਂਗੇ ਅੱਜ। ਦੇਮੀ ਸਾਰਾ ਧੁੱਤੋ ਬੰਜਾ ਹੋਰ ਧੁੱਤ ਸੈਂਪਰ ਬਰਾ ਘਰ ਤੂੰ ਹੈ ਕੇ ਦੀ ਚਾਹ ਧੁੱਤੀ ਚਾਹ ਚਾਹ ਸੀ ਪੱਤੂ ਕਸੀ ਨਾ ਪੈਸੇ ਵੱਲ ਤੂੰ ਚਲੇ ਰੱਖ ਚਾਹ ਹੈਂ ਕਹਿੰਦੇ ਜਨਾਨੀ ਬੀਅਰ ਨਹੀਂ ਪੀਂਦੀ, ਤੇ ਆਹ ਜਨਾਨੀ ਬੀਅਰ ਲੈ ਕੇ ਗਈ ਹੁਣ ਦੁਕਾਨ 'ਤੇ। ਜੇ ਆਪਣੇ ਇੰਡੀਆ 'ਚ ਹੁੰਦੀ ਇੱਦਾਂ ਕਿਸੇ ਨੇ ਬੀਅਰ ਲੈਣੀ ਹੋਈ, ਜਨਾਨੀ ਨੇ ਰੌਲਾ ਪੈ ਜਾਂਦਾ ਸਾਰੇ ਪਿੰਡ ਦੇ ਵਿੱਚ ਵੀ ਉਹਦੀ ਜਨਾਨੀ ਬੀਅਰ ਲੈ ਕੇ ਆਈ ਠੇਕੇ ਤੋਂ। ਇਹ ਮੈਂ ਉਸਾਲੋ ਐਸ ਪੇ ਤਾਂ ਦਿੱਤਾ ਹੈ ਸੇ, ਇਹ ਵੀ ਦੇਖੀ ਉਧਰੇ ਅੰਦਰ ਵੀ ਆ। ਭਰਾ ਨੂੰ ਕਲ ਕੇ ਬੋਏ busta voi? Sì, la mia busta c'è. Allora 5 1 20, giusto? 6 20. Quelli miei amici mi aspettano. Ah, e perché lavoro. Portare caldo? A lavoro, perché io ho il congelatore meno 20. Ah, capito? Per fare subito, veloce. In 7-8 minuti. Ah, 7-8 minuti. Ok, a posto. Facci cattere dentro. Sono 10 celle. Ah, dove mettere il gelato? Gelato, piselli. Capito. Tutto, carciofi, tutto. Cioè abbiamo tutto. Vedi, controlli il prezzo delle patate fritte. Quali? Ne sono sai che stanno. Sai tipo? Sono sai tipo, assai. Quello che è più economico. Più economico? Sì. Mi fai sapere perché prendo cartone intero. Ok. Va bene? Ok. Ciao, grazie, ciao. ਰਣਾ ਕਿੱਦਾਂ ਹਾਲ ਚਾਲ? ਹੈਂ ਕਿਹੜੀ ਸਮਝਿਆ ਮੈਂ ਕਿਆ ਕਹਿੰਦਾ? ਸਬਜ਼ੀ ਤਾਜ਼ੀ ਤੇ ਮਹਿੰਗੀ ਬਹੁਤ ਆ, 4-5 ਕਿਲੋ, 5 ਰੁਪਏ ਕਿਲੋ ਪੋਮੋਡੋਰੋ ਲੱਗੀ ਹੋਈ ਆ। ਉਹ ਨਹੀਂ ਆਪਣੀ ਇੰਡੀਆ ਵਾਲੀ ਕਹਿੰਦਾ ਮੈਂ, ਉੱਤੇ ਪਈ ਸਾਰੇ ਡੱਬੇ ਪਏ ਡੱਬੇ। ਹਾਂ, ਤਾਜ਼ੀ ਸਬਜ਼ੀ ਤੁਹਾਨੂੰ ਔਖੀ ਮਿਲੂਗੀ, ਮਹਿੰਗੀ ਬਹੁਤ ਹੋਈ ਹੈ ਸਬਜ਼ੀ ਵੀ। ਇਹਦੇ ਕੋਲੋਂ ਲੈ ਲਾ ਗੋਭੀ, ਆ ਨੇੜੇ ਦੁਕਾਨ ਤੋਂ ਇੰਡੀਆ ਤੈਨੂੰ ਮੂਲੀਆਂ ਪਈ ਮੇਰੇ ਕੋਲ ਤਾਂ, ਜੇ ਪੁਰਾਣੇ ਪੁਰਾਣੇ ਹੈਂ ਮਖਾ, ਨਾਲੇ ਸਾਰੇ ਘਰ ਦੇ ਵਿੱਚ ਖੁਸ਼ਬੋ ਛੱਡੂਗਾ ਫਿਰ ਹੈਂ। ਓਕੇ ਬਾਏ, ਥੈਂਕ ਯੂ। ਇੰਡੀਅਨ ਮੁੰਡਾ ਸੀ ਇਹਦੇ ਨਾਲ, ਮਾੜਾ ਜਿਹਾ ਪ੍ਰੈਸ਼ਨ ਜਿਹਾ ਹੋਇਆ ਕਾਫੀ ਚੀਜ਼ ਦਾ, ਪਹਿਲਾਂ ਵੀ ਇੱਕ ਦਿਨ ਵੀਡੀਓ 'ਤੇ ਵੀ ਦਿਖਾਇਆ ਤਾ ਮੈਂ, ਅਤੇ ਹਰੀ ਸਬਜ਼ੀ ਭਾਲਦਾ, ਹਰੀ ਸਬਜ਼ੀ ਮਹਿੰਗੀ ਬਹੁਤ ਹੋਈ, ਰੇਟ ਬਹੁਤ ਜ਼ਿਆਦਾ ਆ। ਹੁਣ ਜਿਹੜੀ ਸਬਜ਼ੀ ਇੰਡੀਆ ਤੋਂ ਆਉਂਦੀ, ਇੰਡੀਆ ਤੋਂ ਮਿਰਚ ਵੀ ਆਉਂਦੀ ਆ, ਭਿੰਡੀ ਵੀ ਆਉਂਦੀ ਆ, ਉਹ ਵੀ ਰੇਟ 7-8 ਯੂਰੋ ਕਿਲੋ ਆ। 7-8 ਯੂਰੋ ਕਿਲੋ ਦਾ ਮਤਲਬ ਤਾਂ ਬਣ ਗਿਆ ਜੀ ਰੇਟ, ਇੰਡੀਆ ਦਾ ਲਾ ਲਓ ਤੁਸੀਂ 90 ਰੁਪਏ ਦੇ ਹਿਸਾਬ ਨਾਲ, 8 × 9 = 63, 650 ਰੁਪਏ ਕਿਲੋ ਹੋ ਗਈ ਭਿੰਡੀ, 650 ਰੁਪਏ ਕਿਲੋ ਭਿੰਡੀ, ਅਤੇ 650 ਰੁਪਏ ਕਿਲੋ ਮਿਰਚ ਹਰੀ ਜਿਹੜੀ ਸਾਡੇ ਕੋਲ ਇੱਥੇ ਆਉਂਦੀ ਆ, ਜਿਹੜੀ ਦਿੱਲੀ ਤੋਂ ਆਉਂਦੀ ਆ, ਬੰਬੇ ਤੋਂ ਆਉਂਦੀ ਆ, ਅਤੇ ਉਹ ਇੱਥੇ ਸਬਜ਼ੀ ਨਹੀਂ ਮਹਿੰਗੀ। ਹੁਣ ਇਹਨਾਂ ਕੋਲ ਨਾਲ ਸਬਜ਼ੀ ਦੁਕਾਨ, ਇਹਨਾਂ ਦੇ ਕੋਲ ਸਬਜ਼ੀ ਦਾ ਰੇਟ ਟਮਾਟਰਾਂ ਦਾ 3.5-4 ਰੁਪਏ ਕਿਲੋ ਆ, ਬੈਂਗਣਾਂ ਦਾ ਰੇਟ
ਯਕੀਨੀਆਂ ਯਕੀਨੀਆਂ ਕਹਿੰਦੇ ਜਿਹੜੀ ਤੋਰੀਆਂ ਹੁੰਦੀਆਂ ਉਹਨਾਂ ਨੂੰ ਕਹਿੰਦੇ ਯਕੀਨੀਆਂ। ਹੁਣ ਇੰਨਾ ਰੇਟ ਕਿਹੜਾ ਖਰੀਦ ਲਓ ਸਬਜ਼ੀ। ਹੁਣ ਮੈਂ ਮਾਰਕੀਟ ਵੀ ਜਾਣਾ ਥੋੜ੍ਹੀ ਦੇਰ ਠਹਿਰ ਕੇ, ਫਿਰ ਉੱਥੇ ਜਾ ਕੇ ਦੇਖੂੰਗਾ ਵੀ ਕਿਹੜੀ ਚੀਜ਼ ਸਬਜ਼ੀ ਦੀ ਵੀ ਹੈਗੀ। ਉੱਥੇ ਜਿਹੜਾ ਸਾਈਡ 'ਤੇ ਹੁੰਦਾ ਇੱਕ ਸਬਜ਼ੀ ਦਾ ਵੀ, ਮਤਲਬ ਇੱਕ ਸਾਈਡ ਸਬਜ਼ੀ ਵੀ ਲੱਗੀ ਹੋਈ ਆ, ਉੱਥੇ ਉੱਥੇ ਦੇਖੂੰਗਾ ਟਮਾਟਰ ਕੀ ਰੇਟ ਆ, ਫਿਰ ਦੇਖਦੇ ਲੈ ਕੇ ਆਊਂਗੇ। ਵੀਡੀਓ ਲਾਈਕ ਅਤੇ ਸ਼ੇਅਰ ਕਰਦਿਆ ਕਰੋ, ਵੀਡੀਓ ਜੇ ਚੰਗੀ ਲੱਗਦੀ ਲਾਈਕ ਅਤੇ ਸ਼ੇਅਰ ਕਰ ਦਿਓ। ਜਿਹੜੇ ਚੈਨਲ ਦੇ ਉੱਤੇ ਨਵੇਂ ਆ ਤਾਂ ਸਬਸਕ੍ਰਾਈਬ ਕਰ ਲਿਆ ਕਰੋ, ਆਉਣ ਵਾਲੀ ਨੋਟੀਫਿਕੇਸ਼ਨ ਬੈਲ ਆਈਕੋਨ ਦਾ ਪ੍ਰੈਸ ਕਰ ਲਿਆ ਕਰੋ ਬਟਨ, ਅਤੇ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਇਆ ਕਰੇਗੀ। ਠੀਕ ਹੈ ਜੀ, ਚੈਨਲ ਨੂੰ ਸਪੋਰਟ ਕਰੋ, ਮੈਂ ਜਾਊਂਗਾ ਸਮਾਨ ਲੈਣ। ਹੁਣ ਜਿਹੜਾ ਜਿਹੜਾ ਸਮਾਨ ਘੱਟ ਆ, ਸਮਾਨ ਹਰ ਰੋਜ਼ ਲੈ ਕੇ ਆਉਣਾ ਪੈਂਦਾ ਕਿਉਂਕਿ ਕੋਈ ਨਾ ਕੋਈ ਸਮਾਨ ਘਟਿਆ ਰਹਿੰਦਾ, ਕੋਈ ਨਾ ਘਟਿਆ ਕੇ ਕੋਈ ਨਾ ਕੋਈ ਸਮਾਨ ਹੋ ਜਾਂਦਾ ਖਤਮ, ਕੋਈ ਭੁੱਲ ਗਿਆ, ਕੋਈ ਦੂਆ ਦਿਨ ਲੈ ਕੇ ਆਉਣਾ ਪੈਂਦਾ। ਫਿਰ ਕਈ ਚੀਜ਼ ਕਿਤੋਂ ਸਸਤੀ ਮਿਲਦੀ, ਕੋਈ ਚੀਜ਼ ਕਿਤੋਂ ਸਸਤੀ ਮਿਲਦੀ ਆ, ਇਸ ਕਰਕੇ ਓਕੇ ਜੀ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਭ ਨੂੰ ਸਤਿ ਸ਼੍ਰੀ ਅਕਾਲ, ਜੈ ਹਿੰਦ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ, ਬਾਏ ਬਾਏ।